अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशन ऑन कर लीजिए फॉर फ्यूचर अपडेट्स के लिए हेलो फ्रेंड्स आप जी का मेरे यूट्यूब चैनल में बहुत बहुत स्वागत है सर्जी वीडियो के बहुत ही इंपॉर्टेंट टॉपिक डिस्कस कर जा रहे हैं जो कि है मास्टर कैडर दैडीडेट लिस्टा सिलेक्शन लिस्टा अपडेट हुई उन्होंने वैबसाइट पर वे रिगार्डिंग ਆਹ ਹੈ ਜੀ ਸਿਲੈਕਸ਼ਨ ਲਿਸਟਾਂ ਇਹਦੇ ਵਿੱਚ ਕਾਫੀ ਲਿਸਟਾਂ ਵਿੱਚ ਪ੍ਰੋਬਲਮ ਹੈ ਮੈਂ ਇਹਦੇ ਵਿੱਚੋਂ ਸਿਰਫ ਇੰਗਲਿਸ਼ ਲਿਸਟ ਇੱਥੇ ਤੁਹਾਨੂੰ ਐਕਸਪਲੇਨ ਕਰਾਂਗਾ ਦੂਸਰਾ ਇਹਦੇ ਵਿੱਚੋਂ ਜਿਹੜਾ ਇਹਨਾਂ ਨੇ ਕੱਲ ਰਾਤ ਨੂੰ ਅਪਡੇਟ ਕੀਤਾ ਹੈ ਜੀ ਇੱਕ ਪਬਲਿਕ ਨੋਟਿਸ ਰਿਗਾਰਡਿੰਗ ਸਲੂਟਨੀ ਉਹਦੇ ਵਿੱਚ ਜਿਹੜੀ ਵੇਰੀਅਸ ਕੈਟਾਗਰੀਜ਼ ਹੈ ਇਹਦੇ ਵਿੱਚ ਕੀ ਪ੍ਰੋਬਲਮ ਹੈ ਲਿਸਟਾਂ ਵਿੱਚ ਪੂਰਾ ਪ੍ਰੋਸੈਸ ਤੁਹਾਨੂੰ ਐਕਸਪਲੇਨ ਕਰਾਂਗਾ ਅਤੇ ਇਹ ਜਿਹੜੀ ਗਲਤੀ ਦੇਖੋ ਜੀ ਹੋ ਰਹੀ ਹੈ ਬੜੀ ਹੀ ਮੇਜਰ ਮਿਸਟੇਕ ਹੈ ਇਹ ਜਿਹੜੀ ਤੁਹਾਨੂੰ ਪਤਾ ਹੈ ਰਿਕਰੂਟਮੈਂਟ ਹੋ ਰਹੀ ਹੈ ਇਹਦੇ ਰਿਗਾਰਡਿੰਗ ਬੱਚਿਆਂ ਨੂੰ ਗਵਰਨਮੈਂਟ ਜੌਬ ਮਿਲਣੀ ਹੈ ਠ ਬੋਰਡ ਵਿੱਚ ਇਨੇ ਸਮਝਦਾਰ ਬੰਦੇ ਬੈਠੇ ਤੁਹਾਨੂੰ ਪਤਾ ਹੈ ਆਈਐਸ ਆਈਪੀਐਸ بڑے بڑے ਹੋਰ ਵੀ ਅਪਰ ਪੋਸ ਦੇ ਪਰਸਨਸ ਬੈਠੇ ਐ ਜਿਹੜੇ ਕੀ ਕਰਦੇ ਐ ਡਾਕੂਮੈਂਟਸ ਡਾਕੂਮੈਂਟ ਵੈਰੀਫਿਕੇਸ਼ਨ ਕਰਦੇ ਐ ਉਸ ਤੋਂ ਬਾਅਦ ਹੀ ਸਾਰੀ ਪ੍ਰੋਸੈਸ ਮੇਰੇ ਅਕੋਰਡਿੰਗ ਵੈਬਸਾਈਟ ਤੇ ਅਪਡੇਟ ਹੁੰਦੀ ਐ ਐਦੇ ਹੀ ਕੋਈ ਲਿਸਟ ਵੈਬਸਾਈਟ ਤੇ ਅਪਡੇਟ ਨਹੀਂ ਹੁੰਦੀ ਅਗਰ ਉਹ ਹਾਇਰ ਪਰਸਨੈਲਿਟੀਆਂ ਲਿਸਟਾਂ ਨਹੀਂ ਚੈੱਕ ਕਰ ਦਿਆਂ ਉਹਨਾਂ ਦੇ ਅੰਦਰ ਸਭ ਬੜੇ ਜ਼ਿਆਦਾ ਹੀ ਹੈਡਸ ਹੁੰਦੇ ਐ ਜਿਦਾਂ ਲਾ ਲਓ ਕਿ ਆਪਾਂ ਗੱਲ ਕਰੀਏ ਯੂਨੀਵਰਸਿਟੀ ਦੀ ਯੂਨੀਵਰਸਿਟੀ ਵੀ ਦੇ ਕੈਂਸਲਰ ਹੁੰਦਾ ਇੱਕ ਵਾਈਸ ਕੈਂਸਲਰ ਹੁੰਦਾ ਉਸ ਤੋਂ ਬਾਅਦ ਹੋਰ ਵੀ ਡਾਊਨ ਤੇ ਕਾਫੀ ਜ਼ਿਆਦਾ ਹੈਂਡਸ ਹੁੰਦੇ ਆ ਜਿਹੜੇ ਬਾਕੀ ਵਰਕਰਸ ਕੋ ਕੰਮ ਕਰਾਉਂਦੇ ਆ ਤਾਂ ਮੈਨੂੰ ਨਹੀਂ ਪਤਾ ਲੱਗਦਾ ਕਿ ਇੰਨੇ ਹਾਈ ਲੈਵਲ ਤੇ ਸਾਡਾ ਬੋਰਡ ਕੰਮ ਕਰਦਾ ਹੈ ਲਿਸਟਾਂ ਵਿੱਚ ਗਲਤੀ ਕਿਵੇਂ ਹੋ ਜਾਂਦੀ ਹੈ ਬਿਕੋਜ਼ ਇਹਨਾਂ ਲਿਸਟਾਂ ਦੇ ਅਕੋਰਡਿੰਗ ਹੀ ਤੁਹਾਨੂੰ ਸਾਰਿਆਂ ਨੂੰ ਜੌਬ ਮਿਲਣੀ ਹੈ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਫਸਟ ਟਾਈਮ ਸਾਡੇ YouTube ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਪਰ ਲਾਈਕਨ ਤੇ ਕਲਿੱਕ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਬਿਕੋਜ਼ ਜੇ ਜਿਹੜੇ ਆਪਾਂ ਵੀਡੀਓਜ਼ ਅਪਲੋਡ ਕਰਦੇ ਆਂ ਤੇ ਵਾਸਤੇ ਬਹੁਤ ਮਿਹਨਤ ਲੱਗਦੀ ਆ ਪੂਰਾ ਹੀ ਡਾਟਾ ਕਲੈਕਟ ਕਰਨਾ ਪੈਂਦਾ ਪੂਰਾ ਸਰਵੇ ਕਰਨਾ ਪੈਂਦਾ ਉਸ ਤੋਂ ਬਾਅਦ ਹੀ ਕੋਈ ਆਪਾਂ ਵੀਡੀਓ ਅਪਲੋਡ ਕਰਦੇ ਆਂ ਤਾਂ ਚਲੋ ਸਟਾਰਟ ਕਰਦੇ ਆਂ ਪਹਿਲੀ ਲਿਸਟ ਮੈਥੋ ਸ਼ੋਅ ਕਰਨ ਲੱਗਾ ਇੰਗਲਿਸ਼ ਦੀ ਆਹ ਹੈ ਜਿੰਗਲੀ ਲਿਸਟ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਬੱਚਾ ਹੈ ਠੀਕ ਹੈ ਜੀ 285 ਅਤੇ 286 ఓਪਨ ਕੈਟਾਗਰੀ ਦਾ ਬੱਚਾ ਹੈ ਠੀਕ ਹੈ ਜੀ ਆਹ ਦੇਖੋ ਅਗਰ ਇਹ ਬੱਚੇ ਨੇ ਦੋ ਜਗ੍ਹਾ ਅਪਲਾਈ ਕੀਤਾ ਮੇਰੀ ਗੱਲ ਬਹੁਤ ਧਿਆਨ ਨਾਲ ਸੁਣੀ ਤੁਸੀਂ ਅਗਰ ਲਾ ਲਓ ਬੱਚਾ ਦੋ ਜਗ੍ਹਾ ਅਪਲਾਈ ਕਰਦਾ ਤਾਂ ਬੱਚੇ ਦਾ ਰੋਲ ਨੰਬਰ ਇੱਥੇ ਅਲੱਗ-ਅਲੱਗ ਹੋਣਾ ਚਾਹੀਦਾ ਸੀਗਾ ਚਲੋ ਠੀਕ ਹੈ ਇਹ ਤਾਂ ਇਹਨਾਂ ਦਾ ਰੈਜਿਸਟਰ ਨੰਬਰ ਹੈ ਰੈਜਿਸਟਰ ਨੰਬਰ ਆਪਾਂ ਇੱਕ ਵਾਰ ਚੈੱਕ ਕਰ ਲੈਨੇ ਇੱਥੇ ਬਿਲਕੁਲ ਹੀ ਰੈਜਿਸਟਰ ਨੰਬਰ ਹੈ ਠੀਕ ਹੈ ਜੀ ਰੈਜਿਸਟਰ ਨੰਬਰ ਸੇਮ ਹੈ ਠੀਕ ਹੈ ਪਹਿਲੇ ਤਾਂ ਜਿਹੜਾ ਬੈਕ ਐਂਡ ਤੇ ਸਾਡੇ ਕੋਲ ਡਾਟਾ ਜਾਂਦਾ ਉਹਦੇ ਵਿੱਚ ਫਿਲਟਰਸ ਹੁੰਦੇ ਆ ਸਿਕਿਉਰਿਟੀਜ਼ ਹੁੰਦੀ ਆ ਕਿ ਡੁਪਲੀਕੇਟ ਡਾਟਾ ਨਹੀਂ ਐਕਸੈਪਟ ਕਰਦਾ ਲੇਕਿਨ ਇਹਨਾਂ ਦੇ ਸਰਵਰ ਸਿੱਧਾ ਦੇ ਆ ਡੁਪਲੀਕੇਟ ਡਾਟਾ ਵੀ ਚੱਕ ਲੈਂਦੇ ਆ ਚਲੋ ਠੀਕ ਹੈ ਸਰਵਰ ਕੋ ਗਲਤੀ ਹੋ ਗਈ ਲੇਕਿਨ ਜਦੋਂ ਲਿਸਟਾਂ ਨਿਕਲਦੀਆਂ ਇੱਕ ਵਾਰ ਵੈਰੀਫਾਈ ਤਾਂ ਹੋਣੀਆਂ ਚਾਹੀਦੀਆਂ ਨਾ ਆ ਦੇਖੋ ਆ ਬੱਚਾ ਮੈਂ ਦੇਖੋ ਜੀ ਕਿਸੇ ਬੱਚੇ ਦੀ ਬੁਰਾਈ ਨਹੀਂ ਕਰਦਾ ਪਿਆ ਨਾ ਹੀ ਮੇਰਾ ਕੋਈ ਤੁਹਾਡੀ ਪਰਸਨਲ ਠੀਕ ਹੈ ਜੀ ਜਿਹੜੇ ਤੁਹਾਡੀ ਫੀਲਿੰਗਸ ਨੂੰ ਹਰਟ ਕਰਨਾ ਮੈਂ ਜਸਟ ਇੱਕ ਲੌਜੀਕ ਦੀ ਗੱਲ ਕਰਦਾ ਪਿਆ ਪਲੱਸ ਇੱਕ ਜਿਹੜਾ ਬੋਰਡ ਦਾ ਡਿਸੀਜਨ ਆ ਉਹਦੇ ਅਕੋਰਡਿੰਗ ਗੱਲ ਕਰਦਾ ਪਿਆ ਦੇਖੋ ਬੋਰਡ ਸਾਡਾ ਕਿਵੇਂ ਗੱਲ ਕਰਦਾ ਇਹਨਾਂ ਨੇ ਸਰਕਾਰੀ ਟੀਚਰਸ ਰੱਖਣੇ ਆ ਠੀਕ ਹੈ ਜੀ ਆ ਦੇਖੋ ਇੱਥੇ 32 ਸਮਥਿੰਗ ਇੱਥੇ ਬੱਚੇ ਦਾ ਰੋਲ ਨੰਬਰ ਹੈ ਇੱਥੇ ਅਲੱਗ ਰੋਲ ਨੰਬਰ ਹੈ ਬੱਚਾ ਸੇਮ ਹੈ ਜੀ ਬਾਕੀ ਡੀਟੇਲ ਸੇਮ ਹੈ ਇੱਥੇ ਦੇਖੋ ਜੀ ਇਹ ਇੱਕ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ ਦੂਸਰੀ ਵਿੱਚ ਵੀ ਅਪਲਾਈ ਕੀਤਾ ਜਦ ਕਿ ਅਕੋਰਡਿੰਗ ਟੂ ਨੋਰਮਸ ਇੱਕ ਬੱਚਾ ਇੱਕ ਹੀ ਕੈਟਾਗਰੀ ਵਿੱਚ ਅਪਲਾਈ ਕਰ ਸਕਦਾ ਹੈ ਠੀਕ ਹੈ ਜੀ ਜੋ ਮੈਨੂੰ ਨੋਰਮਸ ਪਤਾ ਹੈ ਬਾਕੀ ਜੋ ਇਹਨਾਂ ਦੇ ਨੋਰਮਸ ਆ ਉਹ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਠੀਕ ਹੈ ਜੀ ਪਹਿਲੀ ਇਹ ਬੜੀ ਹੀ ਇੱਕ ਬਲੰਡਰ ਮਿਸਟੇਕ ਹੈ ਜੋ ਨਹੀਂ ਹੋਣੀ ਚਾਹੀਦੀ ਸੀ ਚਲੋ ਠੀਕ ਹੈ ਬੱਚੇ ਨੇ ਦੋ ਵਾਰ ਅਪਲਾਈ ਕਰਤਾ ਇੱਕ ਵਾਰ ਉਹਦੀ ਜਿਹੜੀ ਠੀਕ ਹੈ ਲਿਸਟ ਵਿੱਚੋਂ ਨਾਮ ਕਟੋਣਾ ਚਾਹੀਦਾ ਸੀ ਲੇਕਿਨ ਇੱਥੇ ਦੇਖੋ ਦੋਨੇ ਜਗ੍ਹਾ ਬੱਚਾ ਬੋਲਦਾ ਪਿਆ ਅਤੇ ਸਭ ਤੋਂ ਇੰਪੋਰਟੈਂਟ ਹੋਰ ਚੀਜ਼ ਦੋਨਾਂ ਵਿੱਚ ਨੰਬਰ ਵੀ ਬੱਚੇ ਦੇ ਸੇਮ ਹੀ ਆ ਪਹਿਲੀ ਮਿਸਟੇਕ ਚੌਥੇ ਹੋ ਰਹੀ ਹੈ ਦੂਸਰੀ ਜੋ ਮੈਟਰ ਦੇ ਸਾਹਮਣੇ ਸ਼ੋਅ ਕਰਦਾ ਦੂਸਰੀ ਹੈ ਫਿਰ ਆਪਾਂ ਵੈਬਸਾਈਟ ਤੇ ਜਾਂਦੇ ਆ ਇਹਨਾਂ ਨੇ ਕੱਲ ਰਾਤ ਨੂੰ ਜਿੰਨੀਆਂ ਵੀ ਇਹ ਡਾਟਾ ਅਪਡੇਟ ਹੋਇਆ ਸਾਰਾ ਰਾਤ ਨੂੰ ਹੋਇਆ ਇਹ ਕੇ ਲਿਸਟ ਹੋ ਗਈਆਂ ਕੇ 10 ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਵੇਰੀਅਸ ਕੈਟਾਗਰੀ ਲਿਸਟ ਹੈ ਤੁਹਾਡੇ ਸਾਹਮਣੇ ਮੈਂ ਸ਼ੋਅ ਕਰ ਦਿੰਦਾ ਇਹਦੇ ਵਿੱਚ ਆਹ ਹੈ ਜੀ ਸਭ ਤੋਂ ਪਹਿਲੇ ਸੀਰੀਅਲ ਨੰਬਰ ਤੁਸੀਂ ਦੇਖ ਸਕਦੇ ਹੋ 1 ਤੋਂ ਲੈ ਕੇ 7 ਤੱਕ ਮੈਂ ਥੋੜਾ ਜ਼ੂਮ ਇਨ ਕੱਟ ਕਰ ਦਿੰਦਾ ਸੋ ਡੈਟ ਤੁਹਾਨੂੰ ਪਤਾ ਲੱਗ ਜਾਏ ਆਹ ਦੇਖ ਸਕਦੇ ਹੋ ਤੁਸੀਂ 1 ਤੋਂ ਲੈ ਕੇ 7 ਤੱਕ ਦੀ ਮੈਂ 6 ਤੱਕ ਦੀ ਗੱਲ ਕਰਦਾ ਇਹਦੇ ਵਿੱਚੋਂ ਇੱਕ ਵਾਰ ਦੇਖ ਲੈਣੇ ਆਪਾਂ ਕੀ ਸੀਗਾ ਮੈਂ ਤੁਹਾਨੂੰ ਪੂਰਾ ਇੱਕ ਵਾਰ ਸ਼ੋ ਕਰ ਦਿੰਦਾ ਕੀ ਕੀ ਇਹਦੇ ਵਿੱਚ ਹੈਗਾ ਸੋ ਇਹ ਮੈਂ ਥੱਲੇ ਸੀਲਿਸ ਦੇ ਉੱਪਰ ਆਇਆ ਆਹ ਦੇਖੋ ਆਹ ਹੈ ਜੀ ਪਹਿਲਾ ਬੱਚਾ EWS ਠੀਕ ਹੈ ਮੈਂ ਪੇਜ ਨੰਬਰ ਪਹਿਲ ਦੱਸਦਾ ਮੈਂ ਡਾਊਨ ਤੇ ਸੀਗਾ ਇੱਥੇ ਵੀ ਸੀਕੁਐਂਸ ਨੰਬਰ ਇਹਨਾਂ ਦੀ ਅਲੱਗ-ਅਲੱਗ ਹੈ ਮੈਂ ਪਹਿਲੇ ਪੇਜ ਤੇ ਆਣਾ ਪਹਿਲੇ ਪੇਜ ਤੇ ਜੀ ਵੇਰੀਅਸ ਕੈਟਾਗਰੀ ਆਹ ਦੇ ਪਹਿਲਾ ਇਹਦਾ ਰੈਡੀਸ਼ਨ ਨੰਬਰ ਦੇਖੋ ਦੂਸਰੇ ਦਾ ਦੇਖੋ ਬਜਟ ਕੀ ਬੱਚਿਆਂ ਦੇ ਨਾਮ ਇੱਥੇ ਅਲੱਗ-ਅਲੱਗ ਹੈ ਤੀਸਰੇ ਦਾ ਦੇਖੋ ਚੌਥੇ ਦਾ ਦੇਖੋ ਇੱਥੇ ਤੁਸੀਂ ਆਹ ਦੇਖੋ ਪੰਜਵੇਂ ਦਾ ਆਹ ਦੇਖੋ ਛੇਵੇਂ ਦਾ ਆਹ ਦੇਖੋ ਸਤਵੇਂ ਦਾ ਉਸ ਤੋਂ ਬਾਅਦ ਠੀਕ ਹੈ ਅਗਲਾ ਇਨੈਕਸਟ ਇਹਨਾਂ ਦਾ ਸਟਾਰਟ ਹੋ ਗਿਆ ਸੋ ਆਹ ਦੇਖੋ ਏਡੀ ਵੱਡੀ ਮੇਜਰ ਮਿਸਟੇਕ ਕਿ ਇਹਨਾਂ ਦੇ ਸਾਰਿਆਂ ਦੇ ਰੈਡੀਸ਼ਨ ਨੰਬਰ ਕਿਵੇਂ ਸੇਮ ਹੋ ਸਕਦੇ ਐ ਇਹ ਜਿਹੜੀਆਂ ਲਿਸਟਾਂ ਜੀ ਕੋਈ ਬੰਦਾ ਜਨਰੇਟ ਨਹੀਂ ਕਰਦਾ ਇਹ ਜਨਰੇਟ ਕਰਦਾ ਹੈ ਸਿਸਟਮ ਠੀਕ ਹੈ ਜੀ ਪਹਿਲੇ ਤਾਂ ਤੁਹਾਨੂੰ ਪਤਾ ਇਹਨਾਂ ਦੇ ਸਿਸਟਮ ਬਹੁਤ ਅੱਛੇ ਹੈ ਗੂਗਲ ਨਾਲੋਂ ਵੀ ਜ਼ਿਆਦਾ ਇਹਨਾਂ ਨੇ ਅੱچھے ਸਿਸਟਮ ਰੱਖੇ ਹੋਏ ਐ ਇਹਨੇ ਐਡਵਾਂਸ ਸਿਸਟਮ ਐ ਕਿ ਕੋਈ ਬੰਦਾ ਗਲਤ ਐਂਟਰੀ ਕਰਦਾ ਮਿੰਟੋਂ ਮਿੰਟ ਹੀ ਚੱਕ ਲੈਂਦੇ ਆ ਦੇਖੋ ਤੁਹਾਡੇ ਸਾਹਮਣੇ ਪ੍ਰੂਫ ਤੁਹਾਡੇ ਸਾਹਮਣੇ ਆ ਜੀ ਤੁਸੀਂ ਬਾਕੀ ਸਮਝਦਾਰੋ ਮੈਂ ਕੀ ਕਹਿਣਾ ਚਾਹੁੰਦਾ ਇਜ਼ ਅ ਰਿਗਾਰਡਿੰਗ ਜ਼ਰੂਰ ਆਪਣੇ ਵਿਊਜ਼ ਦਿਓ ਇਹਦੇ ਵੀ ਦੇਖੋ ਜੇ ਅਗਰ ਇਦਾਂ ਹੋ ਰਿਹਾ ਤਾਂ ਗਲਤ ਬੰਦੇ ਵੀ ਸਿਲੈਕਟ ਹੋ ਜਾਣੇ ਠੀਕ ਐ ਹੁਣ ਲਾ ਲਓ ਕਿ ਮੈਂ ਹੀ ਐ ਮੇਰਾ ਰਜਿਸਟਰ ਨੰਬਰ ਸਿਸਟਮ ਨੇ ਕੋਈ ਹੋਰ ਹੀ ਚੱਕ ਲਿਆ ĐAT मींस ਕਿ ਮੇਰਾ ਵੀ ਕਿਤੇ ਨੰਬਰ ਆਈ ਗਿਆ ਜਿੱਦਾਂ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਐ ਜੀ ਤੇ ਬਾਕੀ ਤੁਸੀਂ ਸਾਰੇ ਸਮਝਦਾਰ ਮੈਂ ਕਿਸੇ ਵੀ ਠੀਕ ਹੈ ਜੀ ਦੱਸਦਾ ਇੱਥੇ ਗੱਲ ਕਿਸੇ ਨੂੰ ਮੈਂ ਨਾ ਹੀ ਪੜਕਾ ਰਿਹਾ ਨਾ ਹੀ ਮੈਂ ਕਿਸੇ ਦੇ ਇਮੋਸ਼ਨਸ ਨੂੰ ਹਰਟ ਕਰਦਾ ਪਿਆ ਮੈਂ ਜਸਟ ਇੱਕ ਜਿਹੜਾ ਫੈਕਟ ਹੈ ਉਹ ਮੈਂ ਤੁਹਾਨੂੰ ਦੱਸਦਾ ਪਿਆ ਕਿ ਸਾਡੇ ਬੋਰਡ ਦੇ ਵਿੱਚ ਕਿੰਨੇ ਸਮਝਦਾਰ ਬੰਦੇ ਬੈਠੇ ਐ ਜਿਹੜੇ ਬਿਨਾ ਲਿਸਟਾਂ ਦਿਖੇ ਹੀ ਵੈਬਸਾਈਟ ਤੇ ਪਬਲਿਸ਼ ਕਰ ਦਿੰਦੇ ਨੇ ਅਪਡੇਟ ਕਰ ਦਿੰਦੇ ਨੇ ਇਹ ਜਿਹੜੀ ਵੈਬਸਾਈਟ ਆ ਕੋਈ ਸਿੰਗਲ ਪਰਸਨ ਨਹੀਂ ਦਿਖਦਾ ਮੇਰੇ ਖਿਆਲ ਨਾਲ ਵੱਧ ਤੋਂ ਵੱਧ 1 ਲੱਖ ਤੋਂ ਉੱਪਰ ਪਰਸਨ ਇਹ ਵੈਬਸਾਈਟ ਨੂੰ ਦਿਖਦਾ ਹੋਣਾ ਹੈ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਜਿੱਦਾਂ ਮੈਂ ਲਾ ਲਓ ਠੀਕ ਹੈ ਮੈਂ ਹੱਲੇ ਤੱਕ ਅੱਜ ਮੈਂ ਗੱਲ ਕਰਾਂ ਵੈਬਸਾਈਟ ਦੇ ਵਿੱਚ ਹਜ਼ਾਰ ਬੰਦਿਆਂ ਦਾ ਰਿਕਾਰਡ ਚੈੱਕ ਕੀਤਾ ਹੋਣਾ ਕਲਿੱਕ ਹਜ਼ਾਰ ਕਲਿੱਕ ਕਿਤੇ ਹੋਣੇ ਲਾਲੋ ਮੈਂ ਸਿੰਗਲ ਦੀ ਗੱਲ ਕਰਦਾ ਤੇ ਲਾਲੋ 올ਓਵਰ ਪੰਜਾਬਸ ਨਾਟ ਓਨਲੀ ਪੰਜਾਬ ਅਦਰ ਸਟੇਟ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਹੋਰ ਵੀ ਕਾਫੀ ਜਗ੍ਹਾ ਦੇ ਬੱਚੇ ਇਹ ਵੈਬਸਾਈਟ ਨੂੰ ਦਿਖਦੇ ਆ ਤਾਂ ਲਾਲੋ ਇੰਨੇ ਕਲਿੱਕਸ ਹੁੰਦੇ ਕਿ ਇਹ ਡਾਟਾ ਮੇਨਟੇਨ ਹੀ ਨਹੀਂ ਕਰਦੇ ਦਿਖਦੇ ਹੀ ਨਹੀਂ ਐਂ ਹਵਾ ਚ ਪਬਲਿਸ਼ ਕਰ ਦਿੰਦੇ ਨੇ ਜਦਕਿ ਇੰਨੇ ਇਹ ਹਾਇਰ ਪੋਸ ਦੇ ਬੰਦੇ ਆ ਜਿਹੜੀਆਂ ਲਿਸਟਾਂ ਚੈੱਕ ਕਰਕੇ ਅਪਡੇਟ ਕਰਦੇ ਕੀ ਇਹ ਚੈੱਕ ਹੀ ਨਹੀਂ ਕਰਦੇ ਹਵਾ ਜੀ ਸਾਰੀਆਂ ਲਿਸਟਾਂ ਪਾਤੀਆਂ ਦੇਖੋ ਤੁਸੀਂ ਤੁਹਾਡੇ ਸਾਹਮਣੇ ਵਿਦ ਪ੍ਰੂਫ ਮੈਂ ਦੱਸਿਆ ਹੈ ਕਿ ਜਿਹੜੀਆਂ ਲਿਸਟਾਂ ਇੱਥੋਂ ਤੋਂ ਲੈ ਕੇ ਕਿਹੜੀ-ਕਿਹੜੀ ਲਿਸਟ ਕਿੱਥੋਂ ਇੱਥੇ ਆ ਰਹੀ ਹੈ ਇੰਗਲਿਸ਼ ਦੀ ਇੱਥੋਂ ਇੰਗਲਿਸ਼ ਤੋਂ ਆਪਾਂ ਵੇਰੀਅਸ ਕੈਟਾਗਰੀ ਵਿੱਚ ਜਾ ਰਹੇ ਹਾਂ ਕੱਲ ਰਾਤੀ ਨਾਲ ਲਿਸਟ ਅਪਡੇਟ ਕੀਤੀ ਹੈ ਤਾਂ ਤੁਸੀਂ ਦੇਖ ਲਓ ਫਰੈਂਡਸ ਤੇ ਬਾਕੀ ਗੱਲ ਰਹੀ ਤੁਹਾਡੇ ਆਫਰ ਲੈਟਰਸ ਦੀ ਓਬਵੀਅਨ ਲੱਗਦਾ ਐਸੀ ਹੀ ਤਰ੍ਹਾਂ ਹੋਣਾ ਹੈ ਇਸ ਕਰਕੇ ਪ੍ਰੋਪਰ ਆਪਣਾ ਦੇਖੋ ਜੀ ਜੋ ਵੀ ਟੱਡਾ ਹੈਗਾ ਟੇਲ ਵਾਰਾ ਚੈੱਕ ਕਰ ਲਿਓ ਬਾਅਦ ਮੇਰੇ ਅਕੋਰਡਿੰਗ ਫਿਰ ਇੱਕ ਵਾਰ ਲਿਸਟਾਂ ਅਪਡੇਟ ਹੋ ਸਕਦੀਆਂ ਤੁਹਾਨੂੰ ਪਤਾ ਹੈ ਪਿੱਛੇ ਕਿੰਨਾ ਚੱਕਰ ਪਿਆ ਹੈ ਜਿਹੜੀ ਇਹਨਾਂ ਨੇ ਪੋਸਟਾ ਵਾਰਾਂ ਕੱਡੀਆਂ ਸੀ ਹਲੇ ਤੱਕ ਕੋਈ ਨਾ ਕੋਈ ਨਾ ਦਾ ਰਫੜੀ ਪਿਆ ਠੀਕ ਹੈ ਤਾਂ ਜ਼ਰੂਰ ਇਹ ਚੀਜ਼ਾਂ ਦੇ ਰਿਗਾਰਡਿੰਗ ਜਿਹੜੇ ਮੈਂ ਤੁਹਾਨੂੰ ਦੋ ਸ਼ੋਅ ਕੀਤੇ ਇੰਗਲਿਸ਼ ਪਲੱਸ ਵੇਰੀਅਸ ਕੈਟੇਗਰੀ ਹੋਰ ਵੀ ਬਹੁਤ ਜ਼ਿਆਦਾ ਨਹੀਂ ਮੈਂ ਜ਼ਿਆਦਾ ਐਕਸਪਲੇਨ ਕੀਤਾ ਤਾਂ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ ਸਮਝ ਆਨੂ ਇਸ਼ਾਰਾ ਕਾਫੀ ਹੁੰਦਾ ਮੈਂ ਤੁਹਾਨੂੰ ਦੱਸ ਸੀ ਕੀਤਾ ਤਾਂ ਬਾਕੀ ਜ਼ਰੂਰ ਦੱਸਿਓ ਕੀ ਚੱਲਦਾ ਪਿਆ ਬੈਕਐ ਵਿਊਜ਼ ਅਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਦੱਸਿਓ ਅਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਥੈਟ ਇਹ ਇਨਫੋਰਮੇਸ਼ਨ ਬਾਕੀਆਂ ਨੂੰ ਵੀ ਪਤਾ ਲੱਗ ਸਕੇ ਅਤੇ ਉਹ ਬੋਰਡ ਜਾ ਕੇ ਕੋਈ ਨਾ ਕੋਈ ਆਪਣਾ ਇਹਦਾ ਸੋਲੂਸ਼ਨ ਕਰਾ ਸਕਣ ਸੋ ਥੈਂਕ ਯੂ ਫਰੈਂਡਸ ਫਾਰ ਵਾਚਿੰਗ ਦਿਸ ਵੀਡੀਓ ਐਂਡ ਫਾਰ ਯੂਰ ਅਵੇਲੇਬਲ ਟਾਈਮ